ਫਿਲਮ ਇੰਡਸਟਰੀ ਵਰਲਡ ਦੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਹੈ ਜੋ ਕਿ ਇੱਕ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਫਿਲਮਸ ਪ੍ਰੋਡਿਊਸ ਕਰਦੇ ਨੇ ਅਤੇ ਇਸ ਫਿਲਮ ਇੰਡਸਟਰੀ ਦੇ ਵਿੱਚ ਸਭ ਤੋਂ ਵੱਡੇ ਅਵਾਰਡਸ ਨੇ ਨੈਸ਼ਨਲ ਫਿਲਮ ਅਵਾਰਡਸ ਅਤੇ ਕੱਲ੍ਹ 65th ਨੈਸ਼ਨਲ ਅਵਾਰਡਸ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਹੋਏ ਜਿਸ ਦੇ ਵਿੱਚ ਪ੍ਰੈਜ਼ੀਡੈਂਟ ਰਾਮਨਾਥ ਗੋਵਿੰਦ ਨੇ ਕਈ ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਪਰ ਲੱਗਦਾ ਹੈ ਇਹਨਾਂ ਵਿਨਰਸ ਵਿੱਚੋਂ ਕਈ ਵਿਨਰਸ ਜ਼ਿਆਦਾ ਖੁਸ਼ ਨਹੀਂ ਸਨ ਕਿਉਂਕਿ ਪ੍ਰੈਜ਼ੀਡੈਂਟ ਨੇ ਸਿਰਫ 137 ਵਿਨਰਸ ਵਿੱਚੋਂ 11 ਵਿਨਰਸ ਨੂੰ ਖੁਦ ਅਵਾਰਡਸ ਦਿੱਤੇ ਅਤੇ ਬਾਕੀ ਵਿਨਰਸ ਨੂੰ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰ ਸਿਮਰਤ ਇਰਾਨੀ ਅਤੇ ਮਿਨਿਸਟਰ ਆਫ ਸਟੇਟ ਰਾਜਵਰਧਨ ਸਿੰਘ ਰਾਥੌਰ ਨੇ ਸਨਮਾਨਿਤ ਕੀਤਾ ਜਿਸ ਤੋਂ ਬਾਅਦ ਕਈ ਸੈਲੀਬ੍ਰਿਟੀਜ਼ ਨੇ ਟਵਿੱਟਰ 'ਤੇ ਇਹ ਕਿਹਾ ਕਿ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਗਿਆ ਹੈ ਅਤੇ ਆਰਟਿਸਟ ਨੂੰ ਏ ਐਂਡ ਬੀ ਕੈਟੇਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ ਨਾਲ ਹੀ ਇਹਨਾਂ ਆਰਟਿਸਟ ਨੇ ਟਵਿੱਟਰ 'ਤੇ ਇਹ ਵੀ ਕਿਹਾ ਕਿ ਇਹਨਾਂ ਅਵਾਰਡਸ ਦੀ ਸਭ ਤੋਂ ਖਾਸ ਗੱਲ ਇਹ ਹੁੰਦੀ ਹੈ ਕਿ ਇੱਕ ਪ੍ਰੈਜ਼ੀਡੈਂਟ ਤੁਹਾਨੂੰ ਇਹ ਅਵਾਰਡ ਦਿੰਦਾ ਹੈ ਪਰ ਜਦੋਂ ਇੱਕ ਪ੍ਰੈਜ਼ੀਡੈਂਟ ਹੀ ਇਹਨਾਂ ਅਵਾਰਡਸ ਦੇ ਵਿੱਚ ਸ਼ਾਮਿਲ ਨਹੀਂ ਹੁੰਦਾ ਤਾਂ ਇਹਨਾਂ ਅਵਾਰਡਸ ਦਾ ਕੀ ਫਾਇਦਾ ਔਨ ਦਾ ਅਦਰ ਹੈਂਡ ਪ੍ਰੈਸ ਸੈਕਟਰੀ ਆਫ ਪ੍ਰੈਜ਼ੀਡੈਂਟ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਮਿਨਿਸਟਰੀ ਨੂੰ ਪਹਿਲੇ ਹੀ ਪਤਾ ਸੀ ਕਿ ਪ੍ਰੈਜ਼ੀਡੈਂਟ ਸਿਰਫ 1 ਘੰਟੇ ਦੇ ਲਈ ਈਵੈਂਟਸ ਅਟੈਂਡ ਕਰਦੇ ਨੇ ਉੱਥੇ ਇਹਨਾਂ 11 ਵਿਨਰਸ ਵਿੱਚੋਂ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਵਿਨਰਸ ਨੂੰ ਖੁਦ ਅਵਾਰਡ ਦਿੱਤਾ ਹੈ ਉਹ ਨੇ ਵਿਨੋਦ ਖੰਨਾ ਐਂਡ ਸ਼੍ਰੀਦੇਵੀ ਅਤੇ ਬਾਕੀ ਕਈ ਸਟਾਰਸ ਸੋ ਫਰੈਂਡਸ ਤੁਹਾਡਾ ਕੀ ਕਹਿਣਾ ਹੈ ਇਹਨਾਂ ਆਰਟਿਸਟ ਦੇ ਨਾਲ ਹੋਏ ਇਸ ਬਿਹੇਵੀਅਰ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਅਤੇ ਇਹੋ ਜਿਹੀਆਂ ਹੋਰ ਬਾਲੀਵੁੱਡ ਐਂਡ ਬਾਲੀਵੁੱਡ ਐਂਟਰਟੇਨਮੈਂਟ ਨਿਊਜ਼ ਵੇਖਣ ਲਈ ਸਾਡੇ ਗਬਰੂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ gabruu.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਜ